ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪ੍ਰਧਾਨਗੀ ਮੰਡਲ ਅਤੇ ਮੇਰੇ ਸਾਥੀਓ ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਅਕਾਲ ਤੋਂ ਖਾਲਸੇ ਤੱਕ ਦਾ ਅਤ ਦਾਰਸ਼ਨਿਕ ਵਿਵੇਚਨ ਇਹਨਾਂ ਨੇ ਪੇਸ਼ ਕੀਤਾ ਕਿ ਅਕਾਲ ਦੀਆਂ ਜੋ ਅੱਡ ਅੱਡ ਪਰਤਾਂ ਹੈਗੀਆਂ ਉਹਨਾਂ ਦੇ ਫਿਲੋਸਫੀਕਲ ਆਧਾਰ ਕੀ ਬਣਦੇ ਨੇ ਆਹ ਪਰਚਾ ਮੇਰੇ ਕੋਲ ਥੋੜ੍ਹੇ ਦਿਨ ਪਹਿਲਾਂ ਹੀ ਆ ਗਿਆ ਸੀਗਾ ਪੜ੍ਹਨ ਵਾਸਤੇ ਜੋ ਮੈਨੂੰ ਪਰਚੇ ਦੀ ਬਹੁਤ ਵੱਡੀ ਖੂਬਸੂਰਤੀ ਲੱਗੀ ਬਹੁਤ ਪਹੁੰਚੇ ਹੋਏ ਬਹੁਤ ਵੱਡੇ ਵਿਦਵਾਨ ਨੇ ਸਿੱਖ ਪੰਥ ਦੇ ਕਿ ਕੁਛ ਚੀਜ਼ਾਂ ਨੂੰ ਪੜ੍ਹ ਕੇ ਜੋ ਹੁੰਦਾ ਹੈ ਨਾ ਬੇਚੈਨੀ ਹੁੰਦੀ ਹੈ ਅਤੇ ਕੁਛ ਚੀਜ਼ਾਂ ਨੂੰ ਪੜ੍ਹ ਕੇ ਆਪਾਂ ਨੂੰ ਸੰਤੁਸ਼ਟੀ ਮਿਲਦੀ ਹੈ ਆਪਣੇ ਅੰਦਰਲੇ ਜਿਹੜੇ ਕੋਈ ਵਲਵਲੇ ਨੇ ਉਹ ਸ਼ਾਂਤ ਹੋ ਜਾਂਦੇ ਨੇ ਆਹ ਪਰਚੇ ਨੂੰ ਪੜ੍ਹ ਕੇ ਕਈ ਤਰੀਕੇ ਦੇ ਜੋ ਮੂਲ ਮੰਤਰ ਦੇ ਸੰਬੰਧੀ ਜੋ ਦਾਰਸ਼ਨਿਕ ਆਪਣੇ ਅੰਦਰ ਸਵਾਲ ਖੜ੍ਹੇ ਸੀਗੇ ਉਹ ਕਈ ਸਵਾਲ ਇਹਦੇ ਰਾਹੀਂ ਹੱਲ ਹੋਏ ਨੇ ਇਸ ਪਰਚੇ ਰਾਹੀਂ ਆਹ ਕੋਈ ਮੈਂ ਵਡਿਆਈ ਨਹੀਂ ਕਰਦਾ ਆਹ ਮੈਂ ਸੱਚੀ ਗੱਲ ਕਹਿਣਾ ਕਿ ਇਸ ਪਰਚੇ ਵਿੱਚ ਬਹੁਤ ਸਾਰੀਆਂ ਜੋ ਦਾਰਸ਼ਨਿਕ ਘੁੰਡੀਆਂ ਨੇ ਮੂਲ ਮੰਤਰ ਦੀਆਂ ਉਹਨਾਂ ਨੂੰ ਖੋਲ੍ਹਣ ਦਾ ਇੱਕ ਪੂਰਾ ਪੂਰਾ ਯਤਨ ਕੀਤਾ ਗਿਆ ਅਤੇ ਦਲੀਲ ਸਹਿਤ ਗੱਲ ਨੂੰ ਪੇਸ਼ ਕੀਤਾ ਗਿਆ ਜੋ ਕੁਝ ਕੁ ਚੀਜ਼ਾਂ ਮੈਨੂੰ ਲੱਗੀਆਂ ਉਹ ਇਹ ਨੇ ਕਿ ਇੱਕ ਥਾਂ ਗੱਲ ਆ ਰਹੀ ਹੈ ਕਿ ਪਰੰਪਰਾ ਅਤੇ ਸਿਧਾਂਤਕਾਰੀ ਦੇ ਵਿੱਚ ਇੱਕ ਦੁਵਿਧਾ ਹੈ ਪਰੰਪਰਾ ਜੋ ਚੀਜ਼ਾਂ ਸਾਨੂੰ ਸੀਨਾ ਬਸੀਨਾ ਸਾਡੇ ਵੱਡਿਆਂ ਰਾਹੀਂ ਸਾਨੂੰ ਮਿਲਦੀਆਂ ਆ ਰਹੀਆਂ ਨੇ ਅਤੇ ਸਿਧਾਂਤਕਾਰੀ ਜੋ ਅੱਜ ਦੇ ਅਕੈਡਮਿਕਸ ਵਿੱਚ ਜੋ ਚੀਜ਼ਾਂ ਪੈਦਾ ਹੋ ਰਹੀਆਂ ਨੇ ਉਹਨਾਂ ਵਿੱਚ ਇੱਕ ਦੁਵਿਧਾ ਖੜ੍ਹੀ ਹੈ ਮੇਰਾ ਕੁਸ਼ਚਨ ਡਾਕਟਰ ਸਾਹਿਬ ਤਾਂ ਹੀ ਆਹ ਹੈਗਾ ਕਿ ਅਸੀਂ ਪਰੰਪਰਾ ਨੂੰ ਆਧਾਰ ਬਣਾ ਕੇ ਸਿਧਾਂਤਕਾਰੀ ਦਾ ਨਿਰਮਾਣ ਨਹੀਂ ਕਰ ਸਕਦੇ ਪਰੰਪਰਾ ਨੂੰ ਅਸੀਂ ਆਧਾਰ ਬਣਾ ਲਈਏ ਪਰੰਪਰਾ ਦੇ ਵਿੱਚ ਸਾਨੂੰ ਸੂਝ ਪ੍ਰਾਪਤ ਹੋਈ ਹੈ ਜੇਕਰ ਅਸੀਂ ਉਹਦੇ ਵਿੱਚੋਂ ਸਿਧਾਂਤ ਘੜ ਲਈਏ ਤਾਂ ਕੀ ਸਾਡੇ ਵਾਸਤੇ ਕੁਛ ਰਾਹ ਸੌਖਾ ਨਹੀਂ ਹੋ ਜੂਗਾ ਕਿ ਸਿਰਫ ਇੱਕ ਅਕੈਡਮਿਕ ਐਕਸਰਸਾਈਜ਼ ਜੋ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ 'ਚ ਅਨੁਭਵ ਨਹੀਂ ਹੁੰਦਾ ਉਹ ਸਾਡੀਆਂ ਸਮੱਸਿਆਵਾਂ ਕਿਤੇ ਨਾ ਕਿਤੇ ਵਧਾਉਂਦੀ ਹੈ ਕਿਤੇ ਨਾ ਕਿਤੇ ਉਹ ਘਟਾਉਂਦੀ ਨਹੀਂ ਹੈਗੀ ਕਿ ਅਸੀਂ ਪਰੰਪਰਾਵਾਂ ਨੂੰ ਆਧਾਰ ਬਣਾ ਕੇ ਕੀ ਆਪਣੀ ਸਮੱਸਿਆਵਾਂ ਨੂੰ ਰਿਜ਼ੋਲਵ ਕਰ ਸਕਦੇ ਹਾਂ ਇੱਕ ਸਵਾਲ ਹੋਰ ਹੈਗਾ ਤੁਸੀਂ ਆਪਣਾ ਪਰਚਾ ਪੇਸ਼ ਕੀਤਾ ਅਕਾਲ ਪੁਰਖ ਓਂਕਾਰ ਦੇ ਕੰਸੈਪਟ ਨੂੰ ਕਲੀਅਰ ਕੀਤਾ ਅਕਾਲ ਨਿਰਗੁਣ ਬ੍ਰਹਮ ਹੈਗਾ ਪੁਰਖ ਜੋ ਹੈ ਉਹ ਪ੍ਰਕਿਰਤੀ ਵਿੱਚ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈਗਾ ਅਕਾਲ ਜੋ ਹੈ ਖਾਲਸਾ ਜੋ ਹੈ ਅਕਾਲ ਦਾ ਪੁਜਾਰੀ ਹੈ ਪੁਰਖ ਪਰਮਾਤਮਾ ਜੋ ਪੁਰਖ ਰੂਪ ਵਿੱਚ ਕੁਦਰਤ ਦੇ ਵਿੱਚ ਵਸਿਆ ਹੋਇਆ ਹੈਗਾ ਖਾਲਸੇ ਨੇ ਉਸ ਪਰਮਾਤਮਾ ਦੀ ਮਿਸ਼ਨ ਨੂੰ ਕੰਪਲੀਟ ਕਰਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅੱਡ ਅੱਡ ਸੰਸਥਾਵਾਂ ਰਾਹੀਂ ਖਾਲਸਾ ਜੋ ਮਨੁੱਖ ਦਾ ਹੈ ਪੂਰਨ ਮਨੁੱਖ ਦਾ ਸੰਕਲਪ ਹੈ ਉਹਨੂੰ ਪੂਰਨ ਕੀਤਾ ਗਿਆ ਪਰ ਫਿਰ ਵੀ ਅੱਜ ਦੇ ਦੌਰ ਵਿੱਚ ਆਪਾਂ ਦੇਖੀਏ ਸਾਡੇ ਵਿੱਚ ਕਈ ਤਰੀਕੇ ਦੀ ਜੋ ਅਲਾਮਤਾਂ ਹੈਗੀਆਂ ਬੇਸਿਕਲੀ ਜੋ ਸਭ ਤੋਂ ਵੱਡੀ ਅੱਜ ਆਪਾਂ ਫੇਸ ਕਰਦੇ ਪਏ ਹਾਂ ਦੇਹਧਾਰੀ ਗੁਰੂ ਪਰੰਪਰਾ ਦੀ ਸਿੱਖ ਪੰਥ ਵਿੱਚ ਉਹਦਾ ਕਾਰਨ ਕੀ ਹੈ ਜਦੋਂ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਧੇ ਰੂਪ ਵਿੱਚ ਜੋੜ ਹੀ ਦਿੱਤਾ ਅਤੇ ਫਿਰ ਵੀ ਪੰਜਾਬ ਦੀ ਧਰਤੀ 'ਤੇ ਖਾਸ ਤੌਰ 'ਤੇ ਅਲਾਮਤ ਕਿਉਂ ਪੈਦਾ ਹੋ ਰਹੀ ਹੈ ਇਹਦੇ ਆਧਾਰ ਦਾਰਸ਼ਨਿਕ ਆਧਾਰ ਕੀ ਹੋ ਸਕਦੇ ਨੇ ਇਹਦੇ ਕਿਰਪਾ ਕਰਕੇ ਇਹਦੇ ਬਾਰੇ ਕਲੀਅਰ ਕਰਿਓ ਅਤੇ ਜੋ ਮੇਰਾ ਲਾਸਟ ਕੁਸ਼ਚਨ ਹੈਗਾ ਕਿ ਸਿੱਖ ਅਤੇ ਖਾਲਸਾ ਪਦਵੀ ਦੇ ਵਿੱਚ ਕੀ ਫਰਕ ਹੈਗਾ ਇੱਕ ਸਿੱਖ ਹੈਗਾ ਇੱਕ ਖਾਲਸਾ ਹੈਗਾ ਕੀ ਇਹ ਕੋਈ ਜਰਨੀ ਹੈਗੀ ਹੈ ਜਾਂ ਅੱਡ ਅੱਡ ਕੋਈ ਸਟੇਟਸ ਨੇ ਕਿ ਕਿਰਪਾ ਕਰਕੇ ਸਿੱਖ ਅਤੇ ਖਾਲਸਾ ਪਦਵੀ ਬਾਰੇ ਮੇਰੇ ਜੋ ਕੁਛ ਕੁ ਸ਼ੰਕੇ ਨੇ ਉਹਨਾਂ ਨੂੰ ਕਲੀਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ